जी दोस्तों, ये उस्ताद होना था तकरीबन 15-16 साल तो इस सैटअप नू मैं देख रहा। यह सारा ब्रीडर कबूतरा का सैटअप आ। इतने बड़े बड़े खूबसूरत कबूतर उस्ताद होना ने बनाए, बड़े बड़े क्वालिटी बर्ड इतने उस्ताद होना के हाथ के बने हैं। और तुहानू मैं शौक कराना, पर कंस्ट्रक्शन भी घर दे हो रही है, बाकी भी सिलसिला चल रहा। उस्ताद जी, किसी अपने सब तो फेवरेट कबूतर के शौक तो आगाज करा दो साड़ी इस लाइव ट्रांसमिशन का। उस्ताद जी, मैं छत के उपर आने का मेरा एक खास मकसद सी कि कुछ दोस्त साढ़े भाई ने कहते सियालकोट का मौसम बड़ा नरम आ और जिदा का मर्जी कबूतर इतने छड़ लो, यानी दड़बियों लिया के भी 100-50 छड़ लो तो वह भी जो शाम तक उड़ते हैं। तो तुसी इस गल की इस राय तो ऑपोजिट गल की थी। तुसी क्या कि भई ये वाहद शहर आ जिथे कबूतरबाजी आके करनी मुश्किल आ, क्योंकि इतने हवा का खुशक चलना, हवा का जोर और दिन के दो तीन दफा मौसम का बदल जाना, ये फितरत है इतने की। और जारी गल है कि जो मौसम ने नाल साथ नहीं देना तो फिर कबूतर ने तो मौसम को देख के ही उड़ना ना, आखिर साल ही चीज़ है, इन्हें उसके मुताबिक चलना है। तो की कहना चाहोगे जी? अच्छा जी, हाँ जी, जिन्होंने माहौल वेख्या ਮੀਰ ਮੁਖਤਾਰ ਸਾਹਿਬ ਵੇਖ ਕੇ ਜੇ ਨਾ ਮਾਹੌਲ ਹੈ। ਹਾਂਜੀ, ਪਤਾ ਲੱਗ ਗਿਆ ਇਧਰ ਕਰ ਲਓ। ਅੱਛਾ ਜੀ, ਉਹ ਨਵਾਂ ਦੇ ਵਿੱਚ ਸਿੱਧੀ ਗੱਲ ਹੋਈ। ਸਾਰੀਆਂ ਆ ਕੇ ਬਹਿ ਕੇ ਉਹਨਾਂ ਨੇ ਮੌਸਮ ਦੇ ਹਾਲ ਵੇਖੇ ਨੇ ਤੇ ਮੈਂ ਤਾਂ ਸੁਣਿਆ, ਕਹਿੰਦੇ ਹਾਂ ਯਾਰ ਆ ਪਤਾ ਨਹੀਂ ਲੱਗਦਾ ਕਿੱਧਰੋਂ ਬਦਲੀ ਆ ਜਾਂਦੀ ਹੈ, ਕਰਦੀ ਹੈ ਕਬੂਤਰ ਲੈ ਜਾਂਦੀ। ਸਹੀ, ਉਹਨਾਂ ਇਸ ਮਾਹੌਲ ਨੂੰ ਨਹੀਂ ਸੀ ਉਹ ਨਾ ਆ ਕੇ ਵੇਖ ਕੇ ਗਏ ਨੇ। उस्ताद जी, दूसरी जिहड़ी गल है, जिहड़े तुसी शर्मीले कबूतर बनाए, जिहड़े सुरखे बनाए, काले बनाए, एक वीडियो वायरल हुई है, तो जिहड़े लाल कबूतर तुसी बना के उड़ा रहे हो, उहदा कोई माँ प्यो, उहदा कोई भरा पुत्र, उहदा तो शौक कराओ, असीं भी देखिए कि इह किहड़े लाल ने जिहड़े छावां पाण डए ने। ਜਦਕਿ ਤੁਹਾਡਾ ਕਹਿਣਾ ਕਿ ਮੇਰੇ ਕਬੂਤਰਾਂ ਦੇ ਵਿੱਚ ਇਹਨਾਂ ਦੇ ਖੂਨ ਸ਼ਾਮਲ ਆ ਜਿਹਦੀ ਵਜ੍ਹਾ ਤੋਂ ਇਹ ਪਰਫਾਰਮ ਸ਼ਾਮਲ ਕੀਤਾ ਨਾ ਪਹਿਲਾਂ ਦੇ ਖਾਸ ਖਾਲਾ ਸੀ। ਹਾਂਜੀ, ਇਹਨਾਂ ਹੁਣ ਕਾਲੇ ਵਾਲੀ ਜੋ ਤੁਸੀਂ ਦਿਖਾਣਾ ਅੱਜ ਆਪਣੇ ਸ਼ੌਕ ਵਾਲਾ ਦਿਖਾ ਲਿਓ ਸਾਨੂੰ। ਮੈਂ ਫੈਸਲ ਭਾਈ ਹੈ, ਉਸਤਾਦ ਕੋਲ ਆ ਕੇ ਬੈਠਾ, 2008-09 ਦੀ ਗੱਲ ਹੈ। ਮੈਂ ਕਿਹਾ ਉਸਤਾਦ ਜੀ, ਤੁਹਾਡੇ ਨਾ ਜ਼ੀਰੇ ਬੜੇ ਮਸ਼ਹੂਰ ਆ, ਮੈਨੂੰ ਵੀ ਦਿਓ ਜ਼ੀਰੇ। ਤਾਂ ਉਸਤਾਦ ਉਹਨਾਂ ਨੇ ਸ਼ੱਕਰ ਨੂੰ ਕਿਹਾ ਸਫੈਦ ਜ਼ੀਰਾ ਅਤੇ ਕਾਲੀ ਜ਼ੀਰੀ ਜਿਹੜੀ ਨਾ ਛਾਪਰ 'ਚ ਪਾ ਦੇ। ਜ਼ੀਰੇ ਨਹੀਂ ਸੀ ਨਾ ਦੇਣੇ ਕਬੂਤਰ, ਉਹ ਜ਼ੀਰਾ, ਸਫੈਦ ਜ਼ੀਰਾ ਅਤੇ ਕਾਲੀ ਜ਼ੀਰੀ, ਇਹ ਉਸਤਾਦ ਉਹਨਾਂ ਨੇ ਨਾ ਜਾਣ ਲੱਗਿਆਂ ਛਾਪਰ 'ਚ ਪਾਈ। ਉਹ ਅੱਜ ਤੱਕ ਮੇਰੇ ਕੋਲ ਖੁੱਡੇ 'ਚ ਮੈਂ ਰੱਖੀ ਇਹਨਾਂ ਦਾ ਨਾਂ ਲਾ ਕੇ। ਅਤੇ ਬੜੇ ਆਲਾ ਕਬੂਤਰ ਇਹਨਾਂ ਨੇ ਬਣਾਏ ਆ, ਔਰ ਇਹ ਬਾਹਰ ਐਸੇ ਕਾਰੀਗਰ ਹੋਏ ਆ ਜਿਹੜੇ ਜਿਨ੍ਹਾਂ ਨੇ ਕਬੂਤਰ ਦਾ ਕੁੰਦੇ ਨੂੰ ਖੋਲ੍ਹਣ ਦਾ ਅੰਦਾਜ਼ ਹੀ ਮੁਖਤਲਿਫ ਆ। ਖੋਲਦੇ ਨੇ ਤੇ ਫਿਰ ਪੂਰਾ ਖੋਲ ਦਿੰਦੇ ਨੇ ਐਸਾ ਪਾਰਕ ਹੁੰਦਾ। ਹਾਂਜੀ, ਇਸ ਇਤਨੀ ਉਮਰ ਵੀ ਗੁਜ਼ਾਰ ਕੇ ਵੀ ਅਗਰ ਬੰਦੇ ਨੇ ਪਿੱਛੇ ਰਹਿਣਾ ਤੇ ਫਿਰ ਇਸ ਤਰ੍ਹਾਂ ਹੀ। ਮਾਸ਼ਾਅੱਲਾ ਉਸਤਾਦ ਇਹਨਾਂ ਦੀ ਨੌਲੇਜ ਅੱਲਾਹ ਪਾਕ ਨੇ ਇਹਨਾਂ ਨੂੰ ਬਹੁਤ ਦਿੱਤਾ, ਕੋਈ ਸ਼ੱਕ ਨਹੀਂ ਇਹਦੇ 'ਚ। ਇਸ ਤਰ੍ਹਾਂ ਹੀ ਪੂਰਾ ਸਗੇ ਇਹਨਾਂ ਨੂੰ ਮਾਸ਼ਾਅੱਲਾ ਜੀ। ਹਾਂਜੀ ਚਾਚਾ ਜੀ, ਸਲਾਮ ਅਲੈਕੁਮ, ਕੀ ਹਾਲ ਜੀ? ਕੀ ਨਾਂ ਤੁਹਾਡਾ ਪੂਰਾ? ਮਲਕ ਇਜਾਜ਼ ਸਾਹਿਬ, ਤੁਸੀਂ ਚੋਈ ਸਾਹਿਬ ਦੇ ਨਾਲ ਹੀ ਮੈਂ ਦੇਖਦਾ ਅਕਸਰ ਵੀਡੀਓ ਦੇ ਵਿੱਚ ਵੀ ਤੁਹਾਨੂੰ, ਬੜੇ ਪੁਰਾਣੇ ਸਾਥੀ। ਅੱਛਾ ਜੀ, ਕੀ ਚੋਈ ਸਾਹਿਬ ਦੇ ਨਾਲ ਐਸਾ ਦੇਖਿਆ ਕਿ ਤੁਸੀਂ ਇਹਨਾਂ ਨਾਲ ਜੁੜ ਗਏ? ਮੈਨੂੰ ਇਹਨਾਂ ਦਾ ਮਾਸੀ ਦਾ ਪੁੱਤਰ ਛੱਡ ਕੇ ਗਿਆ ਸੀ। ਅੱਛਾ ਜੀ, ਮੇਰਾ ਦੋਸਤ ਸੀ, ਅਸੀਂ ਇਕੱਠੇ ਕਬੂਤਰ ਰੱਖਦੇ। ਅੱਛਾ ਜੀ, ਉਹ ਮੈਨੂੰ, ਮੈਂ ਇੱਥੇ ਆ ਗਿਆ, ਭਾਈ ਬਹੁਤ ਹੋ ਗਿਆ ਇੱਥੇ, ਉਹਨੇ ਆਖਿਆ ਮੇਰੇ ਭਰਾ ਨੂੰ ਤੁਸੀਂ ਰੱਖੋ। ਇੱਥੇ ਹੀ ਰਹਿ ਗਏ? ਚੋਰੀ ਸਾਹਿਬ ਪਿਆਰ ਕਰਦੇ, ਪੂਰਾ ਖਿਆਲ ਕਰਦੇ? ਮਾਸ਼ਾਅੱਲਾ ਮਾਸ਼ਾਅੱਲਾ, ਬੜੀ ਅੱਛੀ ਗੱਲ ਕੀਤੀ ਤੁਸੀਂ, ਮਾਸ਼ਾਅੱਲਾ।
ਤੇ ਅੱਜ ਸ਼ਾਕਰ ਨਜ਼ਰ ਨਹੀਂ ਆ ਰਿਹਾ ਤੁਹਾਡੇ ਨਾਲ ਸ਼ਾਕਰ ਸਾਹਿਬ ਉੱਥੇ ਨੇ ਮੈਰਿਜ ਹਾਲ ਤੇ ਨੇ ਠੀਕ ਹੋ ਗਿਆ ਸਾਹ ਜੀ ਲਓ ਜੀ ਦੋਸਤੋ ਤੁਹਾਨੂੰ ਮੈਂ ਸ਼ਰਮੀਲੇ ਕਬੂਤਰਾਂ ਦਾ ਸ਼ੌਕ ਕਰਾਉਣਾ ਇੱਥੇ ਬੜੀ ਆਲਾ ਆਲਾ ਕਬੂਤਰਾਂ ਦੀਆਂ ਰਿਕਾਰਡ ਪਰਵਾਜ਼ਾਂ ਰਹੀਆਂ ਉਸਤਾਦ ਹੋਣੀ ਕੋਈ ਕਬੂਤਰ ਲੈਣ ਗਏ ਨੇ ਤੁਹਾਨੂੰ ਸ਼ੌਕ ਕਰਾਵਾਂਗਾ ਮੈਂ ਅਤੇ ਤੁਹਾਨੂੰ ਮਜ਼ਾ ਵੀ ਆਏਗਾ ਅੱਜ ਕਿਉਂਕਿ ਘਰ ਵਾਲੇ ਕਬੂਤਰ ਬਹੁਤ ਘੱਟ ਸ਼ੌਕ ਕਰਵਾਉਂਦੇ ਆ ਉਸਤਾਦ ਹੋਣੀ ਨਾ ਇਹਨਾਂ ਦੀ ਕੋਸ਼ਿਸ਼ ਇਹ ਹੁੰਦੀ ਹੈ ਕਿ ਘਰ ਵਾਲਾ ਕਬੂਤਰ ਨਾ ਹੀ ਸ਼ੌਕ ਕਰਾਇਆ ਜਾਏ ਜੀ ਮਿਹਰਬਾਨੀ ਅੰਸਾਰੀ ਸਾਹਿਬ ਹੈ ਸ਼ਹਿਜ਼ਾਦਾ ਸਲਮਾਨ ਇੱਧਰ ਆਓ ਬੇਟਾ ਦੇਖੇ ਚਲਾ ਕੇ ਲਾਈਵ ਠੀਕ ਆ ਰਿਜ਼ਲਟ ਨਹੀਂ ਤੁਸੀਂ ਬੈਠੋ ਮੈਂ ਰਿਜ਼ਲਟ ਦੇਖੇ ਮੈਂ ਕਿਹਾ ਚਲਾ ਕੇ ਠੀਕ ਆ ਹਾਂਜੀ ਮੈਂ ਦਿਖਾਉਂਦਾ ਅੱਖ ਤੁਸੀਂ ਮੈਨੂੰ ਦਿਓ ਕਬੂਤਰ ਬੈਠ ਜਾਓ ਆਪਣਾ ਗੱਲ ਵੱਧ ਗਈ ਸਾਜੀ ਗੱਲ ਵਾਕਈ ਵੱਧ ਗਈ ਜੀ ਦੋਸਤੋ ਮੈਂ ਤੁਹਾਨੂੰ ਅੱਖ ਦਾ ਸ਼ੌਕ ਕਰਾਉਣ ਲੱਗਾ ਇਸ ਤੋਂ ਪਹਿਲੇ ਇੰਨੀ ਡਿਟੇਲ ਦੇ ਵਿੱਚ ਅੱਲਾ ਦੀ ਰਹਿਮਤ ਨਾਲ ਤੁਸੀਂ ਇਹਨਾਂ ਕਬੂਤਰਾਂ ਦੀਆਂ ਅੱਖਾਂ ਜਾਂ ਆਈਜ਼ ਕਲੋਜ਼ਅਪ ਪਹਿਲੇ ਨਹੀਂ ਦੇਖੇ ਹੋਣਗੇ ਕਰੀਬ ਕਰੋ ਬਿਲਕੁਲ ਆਈਜ਼ ਹੀ ਹੋ ਪੂਰੇ ਇਸ ਪੇ ਕਰੀਬ ਕਰ ਲਓ ਫੋਨ ਐਸੇ ਕਲਿੱਕ ਕਰੋ ਲਓ ਜੀ ਦੇਖੋ ਜਿਹੜੀਆਂ ਗੱਲਾਂ ਉਹਨਾਂ ਨੇ ਕੀਤੀਆਂ ਸੀ ਸੀਮਟਡ ਅੱਖ ਦੀਆਂ ਕਲਿੱਕ ਕਰੋ ਦੋਸਤੋ ਇਹ ਨੇ ਸ਼ਰਮੀਲੇ ਕਬੂਤਰ ਦੂਰ ਕਰੋ ਜੀ ਜ਼ਰਾ ਸਿਰਫ ਫੇਸ ਆਏ ਰਾਜੀ ਇਹਦੀਆਂ ਕੀ ਪਰਵਾਜ਼ਾਂ ਨੇ ਇਸ ਖਾਨਦਾਨ ਦੀਆਂ ਇਸ ਖੂਨ ਦੀਆਂ ਇਹ ਕੈਮਰਾ ਤੁਹਾਡੇ ਵੱਲ ਕਰਾਂਗਾ ਮੈਂ ਫਿਰ ਤੁਸੀਂ ਜੀ ਦੋਸਤੋ ਇੱਧਰ ਤੁਸੀਂ ਕੁੰਦਿਆਂ ਦੀਆਂ ਲੈਂਥਾਂ ਦੇਖੋ ਗੱਲਾਂ ਲੈਂਥਾਂ ਦੀਆਂ ਹੋ ਰਹੀਆਂ ਸੀ ਦੂਸਰੇ ਇੰਟਰਵਿਊ ਦੇ ਵਿੱਚ ਹਾਲੇ ਥੋੜ੍ਹਾ ਜਿਹਾ ਨਾ ਇੱਥੇ ਪਰਾਂ ਦਾ ਪ੍ਰੋਬਲਮ ਆ ਰਿਹਾ ਸੀ ਕਬੂਤਰਾਂ ਨੂੰ ਅਤੇ ਲੇਕਿਨ ਫਿਰ ਵੀ ਪੂਰਾ ਦਿਖਾਉਣਾ ਬੇਟਾ ਜੀ ਪੂਰਾ ਨਹੀਂ ਇੱਥੇ ਦੂਰ ਕਰ ਥੋੜ੍ਹਾ ਜਿਹਾ ਬਸ ਲਓ ਜੀ ਮਜ਼ਾ ਆਇਆ ਕਬੂਤਰ ਦੇਖ ਕੇ ਤੁਸੀਂ ਦੇਖੋ ਤੁਹਾਨੂੰ ਕੈਸਾ ਲੱਗਾ ਸਾਹ ਜੀ ਇੱਕ ਮਿੰਟ ਇਹਨੂੰ ਤਾਂ ਪੂਰਾ ਬਸ ਬਸ ਤੂੰ ਰੱਖ ਇੱਥੇ ਇੱਕ ਸਕਰੀਨਸ਼ਾਟ ਲੈ ਲੈਣਾ ਆਉਂਦਾ ਤੈਨੂੰ ਅੱਛਾ ਦੋਸਤੋ ਇਸ ਕਬੂਤਰ ਦਾ ਨਾ ਇੱਕ ਸਕਰੀਨਸ਼ਾਟ ਲੈ ਕੇ ਅਤੇ ਮੇਰੇ ਨੰਬਰ ਦੇ ਉੱਤੇ ਵਟਸਐਪ ਕਰੋ ਇੱਥੇ ਔਰ ਇਹ ਮੈਂ ਚੋਰੀ ਸਾਹਿਬ ਨੂੰ ਦਿਆਂਗਾ ਫੋਟੋ ਇਨਸ਼ਾਅੱਲਾ ਇਹ ਆਪਣੀ ਆਈ ਡੀ 'ਤੇ ਅਪਲੋਡ ਕਰਨਗੇ ਇਸ ਕਬੂਤਰ ਦੀ ਇੰਨੇ ਕੁ ਗਾਟੇ ਦੀ ਅਸੀਂ ਤਸਵੀਰ ਇੱਥੇ ਮਾਸ਼ਾਅੱਲਾ ਕਿਆ ਬਾਤ ਬਹੁਤ ਆਲਾ ਜੀ ਸਾਹ ਜੀ ਉਸਤਾਦ ਜੀ ਮੈਂ ਤਾਂ ਅੱਗੇ ਕਹਿ ਰਿਹਾ ਤੁਸੀਂ ਸਾਰੇ ਹਾਂਜੀ ਬਹੁਤ ਜ਼ਿਆਦਾ ਲਾਲੀ ਹਾਂਜੀ ਦੂਸਰਾ ਵੀ ਹੱਥ ਫੋਨ ਜੀ ਦੋਸਤੋ ਦੇਖੋ ਅੱਖਾਂ ਦੇ ਵਿੱਚ ਰਿੰਗ ਕਿਤਨੇ ਜ਼ਬਰਦਸਤ ਨੇ ਔਰ ਜ਼ਮੀਨ ਕਿਤਨੀ ਬਰਾਈਟ ਹੈ ਅੱਖ ਦੇ ਵਿੱਚ ਅੱਖ ਦੀ ਗੁਲਾਈ ਦੇਖੋ ਪਲਕਾਂ ਦੇਖੋ ਤੁਸੀਂ ਕਿਸ ਤਰ੍ਹਾਂ ਗੋਲ ਨੇ ਤਿੱਖੀਆਂ ਨਹੀਂ ਹੈ
और चुंजनी बनी हुई पलकों की। और मैं चोरी साहब के तकरीबन कोई बेशुमार कबूतर देखे आ, घाटी कबूतर ऐसा देखा जिसकी अख के रिंग ना हो। रिंग बनाना बना के रखना अगे चलाना ये मतलब इन्हों की कबूतर की रैसपी के मैं नोट की ये गल दूर करो भाई जरा। और इंशाल्लाह इन्नी अच्छी रेजुलेशन के नाल इन्नी अच्छी पिक्चर क्वालिटी के नाल इस तो पहले इस लैवल का इंशाल्लाह तुहानू शौक नहीं नज़र आएगा। दूर करो सर जी जी। दोस्तों इहदा भी स्क्रीनशॉट भेज देना। और इस कबूतर के कुंदे ने बड़ा मुतासर किया, इहदी बॉडी ने इहदी लेंथ ने। आ मेरा हाथ देख रहे हो तुसीं पूरा खुला होया, ठीक है जी। आ देखो ऐ मैं इहदे इत्थे कंड दे उत्ते रख के पूरा नापिया, ठीक है। इसके बावजूद भी यह तीन उंगला 3 इंच का ये कोल साइज है एक्स्ट्रा। और मैं तुहानूं इहदे परां दी लेंथ दिखाना, देखो तुसीं काले दे पंजे दे बहो जी। पंजे ना की होंगे क्या बात, वो 84 वाला पै गया शायद इस करके उस्ताद जी। ए देखो जी दोस्तों कुंदा कैसा, और लो जी एदा भी एक स्क्रीनशॉट परां दा प्लीज मेरे नाल जरूर शेयर करना। और मैं तुहानू बड़ी डिटेल नाल इन्हां दे कबूतरां दा शौक करवा रहा। परां दी गहराई देखो तुसीं, लेंथ देखो, उत्तों शेप देखो, और सारे परां जितनी कि स्पीड है दी कि मेरा नहीं ख्याल कि जिंदगी जे उठे ते गेड़ा मार के बह जाए। जो भी उठेंगे इंशाल्लाह उड़ के ही बहनगे। इस इन्हां परां दे इन्नी पावर दे मालक है कबूतर, और नस्लां सवार दे नाल ये कबूतर ने माशाल्लाह।